ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਡਰੈਣ ਵਿੱਚ ਡੁੱਬ ਕੇ ਮਰੇ ਨਵਜੋਤ ਸਿੰਘ ਦੇ ਕੇਸ ਵਿੱਚ ਲੜੀਂਦੇ ਚਾਰ ਨੌਜਵਾਨ ਪੁਲਿਸ ਡਿੱਗੇ, ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦਾ ਖਦਸ਼ਾ। ਬੀਤੇ ਦਿਨੀ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡੱਲ ਵਿਖੇ ਡਰੈਣ ਵਿੱਚ ਡੁੱਬ ਕੇ ਮਰੇ ਨੌਜਵਾਨ ਨਵਜੋਤ ਸਿੰਘ ਦੇ ਮਾਮਲੇ ਵਿੱਚ ਨਾਮਜ਼ਦ ਚਾਰ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਅਜੀਤ ਸਿੰਘ, ਮੇਜਰ ਸਿੰਘ ਪੁੱਤਰ ਦਲੌਰਾ ਸਿੰਘ, ਜੋਗਾ ਸਿੰਘ ਪੁੱਤਰ ਭਜਨ ਸਿੰਘ ਅਤੇ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀਆਂ ਨੇ ਡੱਲ ਨੂੰ ਉਕਤ ਮਾਮਲੇ ਸੰਬੰਧੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਚਾਰ ਨੌਜਵਾਨ ਅਤੇ ਮ੍ਰਿਤਕ ਨਵਜੋਤ ਸਿੰਘ ਪਿੰਡ ਡੱਲ ਖਾਲੜਾ ਬਾਰਡਰ ਤੋਂ ਹੈਰਨ ਦੀ ਖੇਪ ਲੈਣ ਗਏ ਸੀ, ਪਰੰਤੂ ਖੇਪ ਅੱਗੋਂ ਨਾ ਮਿਲਣ ਕਰਕੇ ਜਦੋਂ ਸਾਰੇ ਵਾਪਸ ਆ ਰਹੇ ਸਨ ਤਾਂ ਨਜ਼ਦੀਕੀ ਡਰੈਣ ਪਾਰ ਕਰਨ ਲੱਗਿਆ ਨਵਜੋਤ ਸਿੰਘ ਦੀ ਡਰੈਣ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਡਰੈਣ 'ਚੋਂ ਬਰਾਮਦ ਕੀਤਾ ਗਿਆ ਸੀ। ਉਪਰੰਤ ਇਸ ਕੇਸ ਵਿੱਚ ਲੋੜੀਂਦੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਪਾਸੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਅਤੇ ਹੋਰ ਵੀ ਖੁਲਾਸੇ ਹੋਣ ਦਾ ਖਦਸ਼ਾ ਹੈ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੋਲਨ ਅਤੇ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਦਿਲੌਰਾ ਸਿੰਘ, ਦਿਲਬਾਗ ਸਿੰਘ, ਸਨ ਆਫ ਅਜੀਤ ਸਿੰਘ, ਇਹਨਾਂ ਚਾਰਾਂ ਨੂੰ ਹੀ ਗ੍ਰਿਫਤਾਰ ਕੀਤਾ। ਇਹਨਾਂ ਨੇ ਇਹ ਖੁਲਾਸਾ ਕੀਤਾ ਕਿ 14 ਤਰੀਕ ਦੀ ਰਾਤ ਨੂੰ ਅਸੀਂ ਸਰਹੱਦੋਂ ਪਾਰ ਖੇਪ ਚੁੱਕਣ ਵਾਸਤੇ ਗਏ ਸੀ। ਹਾਂਜੀ, ਉੱਥੇ ਅਸੀਂ ਵੇਟ ਕਰਦੇ ਰਹੇ ਹਾਂ ਕਿ ਸਾਨੂੰ ਖੇਪ ਨਹੀਂ ਆਈ। ਵਾਪਸੀ 'ਤੇ ਆਉਂਦਾ ਇੱਕ ਮੁੰਡਾ ਜਿਹੜਾ ਨਹਿਰ 'ਚ ਡੁੱਬ ਕੇ ਮਰ ਗਿਆ ਅਤੇ ਦੂਸਰੇ ਜਿਹੜੇ ਉਹ ਬੰਦੇ ਅੱਗੇ ਪਿੱਛੇ ਸੀ, ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਖੇਪ ਉੱਤੋਂ ਲਿਆਂਦੀ ਆ ਉਸ ਬਾਰੇ ਪੁੱਛ ਪਰਤੀਤ ਕਰਕੇ ਹੋਰ ਖੁਲਾਸੇ ਹੋਣ ਦੀ ਆਸ। ਕੀ ਇਹਨਾਂ ਕੋਲ ਸਰ ਕੋਈ ਪਾਕਿਸਤਾਨੀ ਸਿੰਮ ਜਾਂ ਕੋਈ ਮੋਬਾਈਲ ਜਿਹੜਾ ਉਹ ਬਰਾਮਦ ਹੋਇਆ? ਅੱਜ ਤੱਕ ਇਹਨਾਂ ਕੋਲ ਪਾਕਿਸਤਾਨੀ ਸਿੰਮ ਵਗੈਰਾ ਨਹੀਂ ਕੋਈ ਬਰਾਮਦ ਹੋਈ, ਪਰ ਪਾਕਿਸਤਾਨ ਬਾਰਡਰ ਸਰਹੱਦ 'ਤੇ ਖੇਪ ਲੈਣ ਜਾਣਾ ਤਸਦੀਕ ਹੋਇਆ। ਓਕੇ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।